ਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੇ ਵਿੱਚ ਮੈਂ ਹਾਂ ਰੁਪਿੰਦਰ ਕਾਲ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਦੇ ਨਾਲ ਜਿਨ੍ਹਾਂ ਨੇ ਹਾਲ ਹੀ ਵਿੱਚ ਪੇਸ਼ ਕੀਤੇ ਗਏ ਸਿੱਖ ਹੈਰੀਟੇਜ ਮੰਤ ਸਬੰਧੀ ਬਿਲ ਨੂੰ ਸੈਕੰਡ ਕੀਤਾ ਹੈ ਇਸ ਤੋਂ ਇਲਾਵਾ ਬੀਤੇ 2 ਸਾਲਾਂ ਵਿੱਚ ਕੀ ਅਚੀਵਮੈਂਟਸ ਨੇ ਲਿਬਰਲ ਸਰਕਾਰ ਦੀਆਂ ਐਸੇ ਸੰਬੰਧੀ ਗੱਲਬਾਤ ਕਰਾਂਗੇ ਰੂਬੀ ਸਹੋਤਾ ਨਾਲ ਹੈਲੋ ਰੂਬੀ ਐਂਡ ਵੈਲਕਮ ਟੂ ਪੀਟੀਸੀ ਥੈਂਕ ਯੂ ਸੋ ਮੱਚ ਸਸਰੀਕਾਲ ਤੁਹਾਡੇ ਸਾਰੇ ਵੀਅਰਸ ਨੂੰ ਮੇਰੇ ਬਿੱਡੀ ਨੂੰ ਪਿਆਰ ਭਰੀ ਸਸਰੀਕਾਲ ਜੀ ਰੂਬੀ ਜੀ ਜਿਵੇਂ ਮੈਂ ਕਿਹਾ ਕਿ ਸਿੱਖ ਹੈਰੀਟੇਜ ਮੰਤ ਸੰਬੰਧੀ ਬਿੱਲ ਪੇਸ਼ ਕੀਤਾ ਗਿਆ ਜਿਸ ਨੂੰ ਤੁਸੀਂ ਸੈਕਿੰਡ ਕੀਤਾ ਹੈ 2 ਸਾਲ ਦਾ ਸਮਾਂ ਬੀਤ ਚੁੱਕਾ ਹੈ ਤੁਹਾਨੂੰ ਐਜ਼ ਅ ਮੈਂਬਰ ਪਾਰਲੀਮੈਂਟ ਲਿਬਰਲਸ ਵਿੱਚ ਸ਼ਾਮਲ ਹੋਏ ਅਸੀਂ ਕਹਿ ਸਕਦੇ ਹਾਂ ਕਿ ਵੱਡੀ ਤਦਾਦ ਵਿੱਚ ਸਾਊਥ ਏਸ਼ੀਅਨਸ ਜਿਹੜੇ ਹੈਗੇ ਨੇ ਮੈਂਬਰ ਪਾਰਲੀਮੈਂਟ ਦੇ ਸਿੱਖਾਂ ਦੀ ਗੱਲ ਕਰੀਏ ਤਾਂ ਕੈਨੇਡਾ ਦੇ 150 ਸਾਲਾਂ ਵਿੱਚ 100 ਸਾਲਾਂ ਦਾ ਇਤਿਹਾਸ ਸਿੱਖਾਂ ਦਾ ਵੀ ਹੈ ਐਨਾ ਸਮਾਂ ਕਿਉਂ ਲੱਗ ਗਿਆ ਸਿੱਖ ਹੈਰੀਟੇਜ ਮੰਥ ਸਬੰਧੀ ਬਿਲ ਪੇਸ਼ ਕਰਨ ਨੂੰ ਆਮ ਯਾ ਸ਼ਾਇਦ ਉਸ ਤੋਂ ਜ਼ਿਆਦਾ ਸਮਾਂ ਹੀ ਲੱਗ ਗਿਆ ਹੈਗਾ ਕਿਉਂਕਿ 100 ਸਾਲਾਂ ਦੀ ਹਿਸਟਰੀ ਨਹੀਂ ਹੈਗੀ ਸਾਡੀ 100 ਸਾਲ ਤੋਂ ਵੱਧ ਹੀ ਹੈਗੀ ਆ ਐਂਡ ਯੂ نو ਥਿਸ ਇਜ਼ ਵਾਈ ਵੀ ਆਰ ਬ੍ਰਿੰਗਿੰਗ ਥਿਸ ਬਿਲ ਕਿਉਂਕਿ ਜੋ ਹਿਸਟਰੀ ਹੈਗੀ ਆਪਣੇ ਸਿੱਖਾਂ ਦੀ ਕੈਨੇਡਾ ਦੇ ਵਿੱਚ ਤੇ ਉਹ ਇੱਕ ਕੈਨੇਡੀਅਨ ਹਿਸਟਰੀ ਹੈਗੀ ਆ ਤੇ ਉਹਨੂੰ ਇੱਕ ਸਮਝਣਾ ਅੰਡਰਸਟੈਂਡ ਕਰਨਾ ਉਹਦੀ ਐਕਿਊਰੇਟ ਇਨਫੋਰਮੇਸ਼ਨ ਹੋਣੀ ਉਹ ਬਹੁਤ ਜ਼ਰੂਰੀ ਹੈਗੀ ਆ ਵੀ ਆਪਾਂ ਅੰਡਰਸਟੈਂਡ ਕਰ ਸਕੀਏ ਵੀ ਆਪਣਾ ਕੰਟਰੀਬਿਊਸ਼ਨ ਕੀ ਹੈਗਾ ਇਸ ਕੰਟਰੀ ਦੇ ਵਿੱਚ ਐਂਡ ਆਈ ਥਿੰਕ ਇਸ ਬਿਲ ਦੇ ਥਰੂ Our uh, understanding, what's sagdi hegiyecek, then apa the education system devetchbise kanda zekarhove, you know, from from one part of the country all the way to the other part of the country, six have made great contributions. So, I um, I know that just out to see a question frame kita haga, be lagre haga, be der lagi but I don't think jada der lagi It's just about um, timing, and I think jo uh, ਲੰਭੇ ਕਹਿ ਰਹੇ ਸੀ ਇਹ ਇੱਕ ਪ੍ਰਾਈਵੇਟ ਮੈਂਬਰਸ ਬਿਲ ਹੈ ਗਿਆ ਪ੍ਰਾਈਵੇਟ ਮੈਂਬਰਸ ਨੂੰ ਇੱਕ ਸਪੈਸ਼ਲ ਓਪਰਚੁਨਿਟੀ ਹੈ ਗਿਆ ਵੀ ਅਪ ਦਾ ਕੋਈ ਲੈਜਿਸਲੇਸ਼ਨ ਜਾਂ ਮੋਸ਼ਨ ਹਾਊਸ ਦੇ ਮੂਰੇ ਲਿਆਉਣ ਐਂਡ ਉਹ ਓਪਰਚੁਨਿਟੀ ਉਹ ਇੱਕ ਲੋਟਰੀ ਸਿਸਟਮ ਦੇ ਥਰੂ ਮਿਲਦੀ ਹੈ ਗਿਆ ਕਿਹੜੇ ਪ੍ਰਾਈਵੇਟ ਮੈਂਬਰ ਦੀ ਵਾਰੀ ਆਣੀ ਹੈ ਗਿਆ ਸੋ ਅੱਜ ਤੱਕ ਇਹ ਹੋਇਆ ਨਹੀਂ ਸੀ ਵੀ ਇੱਕ ਪ੍ਰਾਈਵੇਟ ਮੈਂਬਰ ਦੀ ਜਿਹਨੇ ਜਿਹੜਾ ਕੋਈ ਬਿਲ ਹੈ ਸਮਨ ਲਈ ਉਹਨਾਂ ਚਾਹੁੰਦਾ ਸੀਗਾ ਪੇਸ਼ ਕਰਨਾ ਚਾਹੁੰਦਾ ਸੀਗਾ ਵੀ ਉਹ ਇੱਕ ਉਹਦੀ ਵਾਰੀ ਆਵੇ ਐਂਡ ਇਸ ਟਾਈਮ ਆਈ ਥਿੰਕ ਦ ਟਾਈਮਿੰਗ ਵਰਕਡ ਆਊਟ ਰੀਲੀ ਵੈਲ ਅ ਮੈਂ ਤੇ ਸੋਖ ਟਾਲੀਵਾਲ ਜੋ ਹੈਗੇ ਆ ਕਾਫੀ ਦੀ ਡਿਸਕਸ਼ਨ ਕੀਤੀ ਸੀਗੀ ਤੇ ਬਾਕੀ ਜਿੰਨੇ ਵੀ ਸਿੱਖ ਆਪਣੇ ਮੈਂਬਰਸ ਹੈਗੇ ਨੇ ਤੇ ਨਾ ਕਿ ਸਿਰਫ ਸਿੱਖ ਮੈਂਬਰਸ ਆਲਸੋ ਸਦਕੇ ਐਮਪੀਸ ਹੈਗੇ ਨੇ ਜਿਨ੍ਹਾਂ ਦੇ ਸਿੱਖ ਕਮਿਊਨਿਟੀਆਂ ਉਹਨਾਂ ਦੀ ਰਾਈਡਿੰਗਸ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਨੂੰ ਸਾਰਿਆਂ ਦੀ ਇਹ ਮੰਗ ਸੀਗੀ ਡਿਜ਼ਾਇਰ ਸੀ ਵੀ ਇੱਕ ਸਿੱਖ ਹੈਰੀਟੇਜ ਮਤਲਬ ਬਿਲ So we were just waiting for Gidi Variogi Ope Karuga And uh, we were very happy. The timing worked out really well too. Ajira October 19th through. So it was exactly two days, two years from our election day. And um, so I think. Uh, you know, it, it's good timing for our community because mm. we also need to be prepared to do something with Sikh heritage uh, month. Mm. right, It itbasta, i think, huija uh, na hagaya, but ustovad um, ki honaya. oda leisa nu both support the lord hagaya. different community members, though, organizations, Because eto, ki sick heritage month, paskar sagaya, par oda matlov ki hagaya te ustovad ki honaya. you know, we don't want to do something that's just uh, for show mm. or just behind. Uh, that's it. Oh, we want to make sure there's momentum after that, and uh, that JDA ਇਹ ਬਿੱਲ ਹੈਗਾ ਉਹਦਾ ਆ ਖਾਸ ਇਫੈਕਟ ਹੋਵੇ ਆਪਣੀ ਕਮਿਊਨਿਟੀ ਲਈ ਐਂਡ ਕੈਨੇਡੀਅਨਸ ਲਈ ਕਿਉਂਕਿ ਉਹਨਾਂ ਨੂੰ ਇਹ ਰਿਚ ਕਲਚਰ ਇਸ ਹੈਰੀਟੇਜ ਬਾਰੇ ਸਿੱਖਣ ਦਾ ਮੌਕਾ ਮਿਲੂਗਾ ਸੋ ਵੀ ਹੈਵ ਅ ਰੀਲੀ ਗ੍ਰੇਟ ਪਾਰਟਨਰ ਇਨ ਦ ਸਿੱਖ ਹੈਰੀਟੇਜ ਮਿਊਜ਼ੀਅਮ ਜਿਹੜੇ ਵੀ ਵੀਰ ਪੈਨ ਹੈਗੇ ਨੇ ਸਿੱਖ ਹੈਰੀਟੇਜ ਮਿਊਜ਼ੀਅਮ ਉਹਨਾਂ ਨੇ ਨਹੀਂ ਵਿਜ਼ਿਟ ਕੀਤਾ ਹੈਗਾ ਇੱਥੇ ਮਾਲਟਨ ਗੁਰਦੁਆਰੇ ਦੇ ਕਰੀਬ ਹੈਗਾ ਆ please look it up go to the Sikh heritage museum kuki ko sapne lok hai gira jidda tu apni canadian sikh history bare inna nahi pata hage and unne bahut khoobsurat tareeke nal sara genevi interactions kade vi koi sikh nal hoye hage ve apne sare exhibit kite sare exhibit kite hoye ne apne ਬੱਲੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਅਜ ਤੱਕ ਬੀ ਕੀ ਇੰਟਰੈਕਸ਼ਨ ਸਿਕੰਦੇ ਹੁੰਦੇ ਰਹੇ ਹੁੰਦੇ ਰਹੇ ਹੈਗੇ ਨੇ ਤੇ ਆ ਤੁਸੀਂ ਰੀਸੈਂਟਲੀ ਪਿਛਲੇ ਵਿਸਾਖੀ ਚ ਦੇਖਿਆ ਹੈਗਾ ਆ ਬਈ ਉਹਨਾਂ ਨੇ ਸਰ ਜਾਨੀ ਮੈਕਡੋਨਲਡ ਦਾ ਇੱਕ ਪੋਸਟਰ ਬਣਾਇਆ ਸੀਗਾ ਅਰਜੀਤ ਸੱਜਣ ਹਾਂਜੀ ਹਰਜੀਤ ਸੱਜਣ ਦੇ ਨਾਲ ਤੇ ਉਸ ਟਾਈਮ ਦੇ ਵਿੱਚ ਉਹਨਾਂ ਨੇ ਜਿਹੜਾ ਸਾਡਾ ਪਹਿਲਾ ਪ੍ਰਾਈਮ ਮਿਨਿਸਟਰ ਹੈਗਾ ਕੈਨੇਡਾ ਨੇ ਉਹ ਐਕਸਿਕ ਆਰਮੀ ਵੀ ਮੰਕ ਕਰ ਰਿਹਾ ਸੀਗਾ ਐਂਡ ਦੇ ਕਾਲ ਯੂ ਨੋ ਇਨਿਸਾਲਾਂਬਾਦ ਯੂ ਨੋ ਸੰਡੀ ਜਿਹੜੀ ਆਰਮੀ ਦਾ ਹੈੱਡ ਹੈਗ ਆਇਆ ਮਿਨਿਸਟਰ ਆਫ ਡਿਫੈਂਸ ਹੈਗਾ ਉਹ ਐਕਸਿਕ ਹੈਗਾ ਕੈਨੇਡਾ and so I think it's a wonderful story that we have to share and through this uh, bill we'll mm -hmm. be able to share it not just Canadians alone but you know we can gather the support of uh, I mean six alone but we can gather the support of Navy Canadians I to schools I different institutions I in diversity they osari, promote definitely community the coffee chair Tom Angus their responsibility I think mm I do is built about sugar honey -hmm. yeah mm -hmm. but just able to see a da आखा तैयार किया क्योंकि बिल आ, हाउस में जाना है सैनिट को दैन एक रॉयल एसेंट का एक जरा प्रोसीजर है पूरा इस बिल ने क्लीयर करना है तक कि रिसर्च, तो किस तरह की रिसर्च ते वो की गई कि वो सब समेट के उस बिल् में पेश किया जाए ताकि किसी भी पॉइंट पर जाके कोई दिक्कत ना आए hundi um is bill di already uh, kafi galbad chal rahi across with all party lines um and i kafi support hai gia. and uh, is bill which is randakish controversial nahi hagaya. it is about our heritage about our history and gwe vi no deny kar sakda hai gaya. no matter what background you come from be jo uh Sikh experience hai ga is country de jo saadi contribution hai ga ho bahut vaddi ek Contribution, and, um, yeah, and so I think we're going to get a lot of support in the Senate. Um, this time, the sixth senator we have a Nicole Joe appoint and I think that's the community. but he's proud the achievement hegia, pride the gal Um, but he'll also be helping us in the Senate, and uh, there's a lot of senators as well that are in support of this. So I don't think because the kit ogi, but see definitely the Nivy MP hegia is, ਨੋ ਨਜ਼ਰ ਰੱਖ ਰਹੇ ਹੈਗੀਆਂ ਤੇ ਉਹਦੇ ਤੇ ਕੰਮ ਕਰ ਰਹੇ ਹੈਗੀਆਂ ਵੀ ਜਲਦੀ ਤੋਂ ਜਲਦੀ ਇਹ ਬਿਲ ਪਾਸ ਹੋਵੇ ਪਰ ਬਹੁਤ ਪ੍ਰੋਸੀਜਰਸ ਹੈਗੇ ਨੇ ਹਾਊਸ ਆਫ ਕਾਮਨਸ ਦੇ ਆ ਇਸ ਬਿਲ ਨੂੰ ਥੋੜਾ ਟਾਈਮ ਲੱਗ ਸਕਦਾ ਤਾਂ ਸੋਨ ਨੂੰ ਪਰ that is just normal ਕੋਈ ਫਿਕਰ ਕਰਨ ਦੀ ਗੱਲ ਨਹੀਂ ਹੈਗੀ ਇਹਦੇ ਵਿੱਚ ਇਸ ਜਸ ਨੋਰਮਲ ਪ੍ਰੋਸੀਜਰ ਜੀ ਕਮਿੰਗ ਬੈਕ ਟੂ ਅਦਰ ਇਸ਼ੂਸ ਹਾਲ ਕੀ ਵਿੱਚ ਪ੍ਰਾਈਮ ਮਿਨਿਸਟਰ ਨੇ ਵਿਜ਼ਿਟ ਕੀਤਾ ਬ੍ਰੈਂਟਨ ਐਂਡ ਵੀ ਆਰ ਲੱਕੀ ਕੀ ਪ੍ਰਾਈਮ ਮਿਨਿਸਟਰ ਇਹਨਾਂ ਦੋ ਸਾਲਾਂ ਵਿੱਚ 4th ਵਿਜ਼ਿਟ ਸੀਗਾ ਪ੍ਰਾਈਮ ਮਿਨਿਸਟਰ ਦਾ ਤੇ ਚਾਈਲਡ ਬੈਨੀਫਿਟ ਜਿਹੜਾ ਹੈਗਾ ਉਸ ਦੀ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਮਿਡਲ ਕਲਾਸ ਤੇ ਇੱਕ ਵਾਰੀ ਫਿਰ ਤੋਂ ਫੋਕਸ ਕੀਤਾ ਗਿਆ ਹੈ ਕੈਨੇਡਾ ਚਾਈਲਡ ਬੈਨੀਫਿਟ ਇਨਕਰੀਜ਼ ਹੋਣਾ ਥੋੜਾ ਵਿਸਥਾਰ ਨਾਲ ਜਾਨਣਾ ਚਾਹਾਂਗੇ ਕਿ ਕਿਸ ਤਰ੍ਹਾਂ ਇਹ ਬੈਨੀਫਿਟ ਜਿਹੜਾ ਹੋਇਆ ਹੈਗਾ ਚਾਈਲਡ ਬੈਨੀਫਿਟ ਵਾਕਈ ਹੀ ਮਿਡਲ ਕਲਾਸ ਲਈ ਬੈਨੀਫੀਸ਼ੀਅਲ ਹੋਏਗਾ Hanji, oh you know, we have the numbers uh, to prove that middle class families nu horeya ho hagaya. Uh, no parvara nudas devicho is e benefit janda haga nu onadi jome hagi yeah. or the vic vadapondaya. So it's definitely beneficial and uh, everyday my son livia ab the de office devich, community divich, de lokanto be onanu you know, vad melrea haga yeah. genalo uh, it's tax free and um also so the cost of living is or you know it is high mm -hmm. and uh, we have to recognize that we do as a government as he is no ਅ ਬਹੁਤ ਪਰਵਾਰਾਂ ਲਈ ਜਿਹੜੀ ਉਹਨਾਂ ਦੀ ਬਜਟ ਹੈਗੀ ਆ ਕਾਫੀ ਟਾਈਟ ਹੈਗੀ ਆ ਐਂਡ ਅਸੀਂ ਮੇਕ ਸ਼ੋਰ ਕਰਨਾ ਚਾਹੁੰਦੇ ਆਂ ਵੀ ਉਹਨਾਂ ਦੇ ਜਿਹੜੇ ਬੱਚੇ ਹੈਗੇ ਨੇ ਦੇ ਕੈਨ ਸਟਿਲ ਪਾਰਟਿਸਿਪੇਟ ਇਨ ਐਕਟੀਵਿਟੀਜ਼ ਉਹਨਾਂ ਨੂੰ ਅਮ সুইਮਿੰਗ ਕਲਾਸਿਸ ਦੇ ਵਿੱਚ ਲਾ ਸਕਦੇ ਨੇ ਸਕੈਟਿੰਗ ਦੇ ਵਿੱਚ ਜਾਂ ਜੋ ਵੀ ਤੇ ਉਹਨਾਂ ਨੂੰ ਟਿਊਟਰਿੰਗ ਦੇ ਰਿਕੁਆਇਰਮੈਂਟਸ ਹੈਗੇ ਨੇ ਉਹਨਾਂ ਲਈ ਯੂਜ਼ ਕਰ ਸਕਦੇ ਨੇ ਟੇਕ ਕੇਅਰਲੀ ਯੂਜ਼ ਕਰ ਸਕਦੇ ਨੇ ਐਂਡ ਹੋਰ ਵੀ ਜਿਹੜੀਆਂ ਵੀ ਉਹਨਾਂ ਦੀ ਕੋਈ ਲੋੜਾਂ ਹੈਗੀਆਂ ਨੇ ਘਰ ਦੀਆਂ ਉਹਨੂੰ ਪੂਰੀਆਂ ਕਰ ਸਕਦੇ ਨੇ ਉਹਦੇ ਨਾਲ ਇਹਨੂੰ ਅਸੀਂ ਟੌਪ ਅਪ ਕਰ ਰਹੇ ਹੈਗੇ ਆ ਇਹਨੂੰ ਵਧਾ ਰਹੇ ਹੈਗੇ ਆ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਤੁਸੀਂ ਨਿਊਜ਼ ਸੁਣ ਰਹੇ ਆ ਇੰਡੈਕਸ ਹੋ ਰਿਹਾ ਹੈਗਾ ਇਹਨੂੰ ਇੰਡੈਕਸਿੰਗ ਦਾ ਮਤਲਬ ਹੈਗਾ ਵੀ ਜਿਹੜੀ ਰੇਟ ਆਵ ਇਨਫਲੇਸ਼ਨ ਹੈਗੀ ਆ ਜਿਹੜੀ ਕਾਸਟ ਆਫ ਲਿਵਿੰਗ ਵੱਧਦੀ ਹੈਗੀ ਆ ਹਰ ਇੱਕ ਸਾਲ ਉਹਦੇ ਹਿਸਾਬ ਨਾਲ ਇਹ ਚਾਇਲ ਬੈਨੀਫਿਟ ਵੀ ਵਧੂਗਾ ਐਂਡ ਆਈ ਥਿੰਕ ਥੈਟ ਇਜ਼ ਵੈਰੀ ਗੁੱਡ ਨਿਊਜ਼ ਕਿਉਂਕਿ ਇਹਦਾ ਅਸੀਂ ਫਾਇਦਾ ਦੇਖਿਆ ਹੈਗਾ ਇਹ ਪਿਛਲੇ ਦੋ ਸਾਲਾਂ ਦੇ ਵਿੱਚ ਜਦੋਂ ਇਹ ਇੰਪਲੀਮੈਂਟ ਕੀਤਾ ਗਿਆ ਸੀ ਸਾਡੀ ਗਵਰਨਮੈਂਟ ਵੱਲੋਂ ਤੋਂ ਬਾਅਦ ਅਮ ਇਹਦਾ ਸੀ You know we can't make we can't be sure that it. it's only the one thing, but we the government has the car. are incentives, they tax free middle class. Um, and all that thing. They're also paying out. they because growth is happening. in our economy. they and uh, Joe Brampton has asked. are exponential growth, rahe ghi, through population, through more small businesses opening, and Joe's middle class. They're over. We have a lot of young families. ਅਨ ਜਿੰਨੀ ਤੁਹਾਡੀ ਫੈਮਿਲੀ ਯੰਗ ਹੈਗੀ ਆ ਉਹਨਾਂ ਨੂੰ ਉਦੋਂ ਵੀ ਜ਼ਿਆਦਾ ਫਾਇਦਾ ਹੁੰਦਾ ਹੈਗਾ ਆ ਸੋ ਆਈ ਥਿੰਕ ਦੈਟਸ ਵਾਈ ਕਾਸ ਕਰਕੇ ਪ੍ਰਾਈਮ ਮਿਨਿਸਟਰ ਦਾ ਇਹ ਅਨਾਉਂਸਮੈਂਟ ਐਥਿਕ ਅਨਿ ਬ੍ਰੈਂਟਨ ਦੇ ਵਿੱਚ ਇੱਕ ਚੰਗੀ ਗੱਲ ਹੈਗੀ ਆ ਬਿਕਾਜ਼ ਵੀ ਹੈਵ ਸੋ ਮਨੀ ਫੈਮਿਲੀਜ਼ ਦੈਟ ਆਰ ਬੈਨੇਫਿਟਿੰਗ ਫਰਮ ਇਟ ਜੀ ਤੋੜੇ ਨਾਲ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਪਰ ਫਿਲਹਾਲ ਲੈਨੇ ਆ ਇੱਕ ਛੋਟਾ ਜਿਹਾ ਬ੍ਰੇਕ ਬ੍ਰੇਕ ਤੋਂ ਬਾਅਦ ਵਾੜਾ ਸਵਾਗਤ ਹੈ ਗੱਲਬਾਤ ਚਾਲ ਰਹੀ ਹੈ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਦੇ ਨਾਲ ਰੂਬੀ ਜੀ ਹਾਲ ਹੀ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਇਹ ਅਨਾਉਂਸਮੈਂ ਫ੍ਰੀ ਲੱਕ ਦਾ ਜਿਹੜਾ ਡਾਟਾ ਹੈ ਉਹ ਇਮੀਗ੍ਰੈਂਟਸ ਦਾ ਕਰਾਸ ਹੈਗਾ ਇੰਨੀ ਤਦਾਦ ਵਿੱਚ ਇਮੀਗ੍ਰੈਂਟਸ ਜਿਹੜੇ ਹੈਗੇ ਨੇ ਕੈਨੇਡਾ ਪਹੁੰਚਣਗੇ ਵੈਲ ਇਟਸ ਅ ਗੁੱਡ ਨਿਊਜ਼ ਕਿਉਂਕਿ ਅਸੀਂ ਆਪੇ ਇਮੀਗ੍ਰੈਂਟ ਹੈਗੇ ਹਾਂ ਤੇ ਚੰਗੀ ਖਬਰ ਹੈ ਜਦੋਂ ਸਾਡੇ ਬੈਕ ਹੋਮ ਤੋਂ ਜਾਂ ਹੋਰ ਕੰਟਰੀਜ਼ ਤੋਂ ਲੋਕ ਐਦਰ ਪਹੁੰਚਣਗੇ ਪਰ ਤੁਹਾਨੂੰ ਲੱਗਦਾ ਹੈ ਕੈਨੇਡਾ ਇਜ਼ ਪ੍ਰੇਪੇਅਰ ਕਿ ਜਿਹੜੇ ਇਮੀਗ੍ਰੈਂਟਸ ਇੱਥੇ ਲੈਂਡ ਹੋਣਗੇ ਉਹਨਾਂ ਦੀ ਸਰਵਿਸਿਜ਼ ਲਈ ਜਾਂ ਹੋਰ ਉਹਨਾਂ ਦੀਆਂ ਜਿਹੜੀ ਲੋੜਾਂ ਨੇ Ona no pura currently Canada is prepared. I think Canada is prepared. I think jadi chiesli asin not prepared hage o retirement group or o seniors right. And so that's what we're not prepared for. We're not prepared for our aging population. We're not prepared for our decline in population. They are prepared only immigration di cost lord hagia. So. ਜਿਹੜੇ ਵੀ ਤੁਸੀਂ ਇਕੋਡ ਬੈਸਟ ਨੂੰ ਪੁੱਛ ਸਕਦੇ ਹੈਗੇ ਉਹ ਇਮੀਗ੍ਰੇਸ਼ਨ ਤੋਂ ਬਿਨਾ ਇਹ ਕੰਟਰੀ ਚੱਲ ਨਹੀਂ ਸਕਦੀ ਜੇ ਜ ਸਾਡੀ ਨੈਚੁਰਲ ਕੈਨੇਡੀਅਨਸ ਦੀ ਬਰਥ ਰੇਟ ਹੈ ਗਿਆ ਉਹ ਡੈਥ ਰੇਟ ਨਾਲੋਂ ਲੋ ਹੋ ਰਹੀ ਹੈ ਗਿਆ ਐਂਡ ਸੋ ਵੀ ਕੈਨੋਟ ਸਸਟੇਨ ਅਸੀਂ ਚੱਲਦਾ ਕੰਮ ਨਹੀਂ ਚੱਲ ਸਕਦਾ ਹੈਗਾ ਇਕਨੋਮੀ ਦਾ ਇਮੀਗ੍ਰੇਸ਼ਨ ਤੋਂ ਬਿਨਾ ਐਂਡ ਸੋ ਇਹ ਇਹ ਡਿਸੀਜਨ ਸਿਰਫ ਇੱਕ ਅਮ ਕਮਰੇ ਦੇ ਵਿੱਚ ਬੈਠ ਕੇ ਨਹੀਂ ਬਣਾਇਆ ਗਿਆ ਯੂ نو ਜਸ ਬਾਈ ਦੀ ਇਮੀਗ੍ਰੇਸ਼ਨ ਮਿਨਿਸਟਰ ਇਹ ਦੀ ਬੋਥ ਕੰਸਲਟੇਸ਼ਨ ਹੋਈ ਹੈ ਗਿਆ ਅਕ੍ਰੋਸ ਦ ਕੰਟਰੀ ਐਂਡ ਐਡਵਾਈਸ ਫਰਮ ਪ੍ਰੋਫੈਸ਼ਨਲਸ ਐਂਡ ਆਲਸੋ ਫਰਮ ਦ ਬਿਜ਼ਨਸ ਕਮਿਊਨਿਟੀ ਰਾਈਟ ਜਿਹੜੇ ਕੰਪਨੀਆਂ ਨੂੰ ਓਨ ਕਰਦੇ ਆ ਜਿਹੜੇ ਜੌਬਸ ਕ੍ਰੀਏਟਰਸ ਹੈਗੇ ਨੇ ਉਹ ਖੁਦ ਕਹਿ ਰਹੇ ਹੈਗੇ ਨੇ ਸਾਨੂੰ ਇਮੀਗ੍ਰੇਸ਼ਨ ਦੀ ਲੋੜ ਹੈਗੀ ਆ ਕਿਉਂਕਿ ਸਾਡੀਆਂ ਜੌਬਸ ਨਹੀਂ ਫਿਲ ਹੁੰਦੀਆਂ ਐਂਡ ਉਹਦੇ ਕਰਕੇ ਆਪਾਂ ਫੋਰਨ ਟ੍ਰੇਡ ਵਰਕਰਸ ਲਈ ਹੁੰਦੇ ਹੈਗੇ ਆ ਐਂਡ ਸਕਿੱਲ ਸਟ੍ਰੈਟਜੀ ਪ੍ਰੋਗਰਾਮ ਜਿਹੜਾ ਦੋ ਹਫਤੇ ਦੇ ਵਿੱਚ ਵਿੱਚ ਕੋਈ ਹਾਈਲੀ ਸਕਿਲਡ ਬੰਦਾ ਆ ਸਕਦਾ ਹੈਗਾ ਉਹ ਕ੍ਰੀਏਟ ਕੀਤਾ ਹੈਗਾ ਸੋ ਇਹ ਜਿਹੜੀਆਂ ਬਿਜ਼ਨਸ ਕਮਿਊਨਿਟੀ ਦੀਆਂ ਡਿਮਾਂਡਸ ਹੈਗੀਆਂ ਨੇ ਇਹ ਸਿਰਫ ਲੋਕਾਂ ਦੀ ਡਿਮਾਂਡਸ ਜਿਹੜੀਆਂ ਔਨ ਦ ਗਰਾਊਂਡ ਯੂ نو ਐਵਰੇਜ ਹਾਊਸ ਹੋਲਡਸ ਦੀ ਡਿਮਾਂਡ ਵੀ ਹੈਗੀ ਆ ਪਰ ਇਟਸ ਆਲਸੋ ਅ ਡਿਮਾਂਡ ਫਰਮ ਦੀ ਇਕਨੋਮਿਕ ਸਾਈਡ ਆਫ ਥਿੰਗਸ ਐਂਡ ਸੋ ਇਹ ਚੀਜ਼ਾਂ ਨੂੰ ਨਜ਼ਰ ਰੱਖਦੇ Immigration levels mm -hmm. badare because we need them, yes. and so I think uh, we have to be prepared for our aging population. Jo apniya hospital services hegiyne, jo um, uh, jniya vi public services hegiyne. Mm -hmm. Onano workers that will pay taxes mm -hmm. and will contribute to to those services. So apak immigrants immigrants no um ਕਈ ਲੋਕ ਕੇਵਲ ਇੱਕ ਨੈਗੇਟਿਵ ਤੌਰ ਤੇ ਇਸ ਲਈ ਸੋਚਦੇ ਹੈਗੇ ਨੇ ਆ ਹਰੇਕ ਇਮੀਗ੍ਰੈਂਟ ਸੈਟਲਮੈਂਟ ਸਰਵਿਸਿਜ਼ ਯੂਜ਼ ਵੀ ਨਹੀਂ ਕਰਦੇ ਹੈਗੇ ਰਾਈਟ ਬਹੁਤ ਸਾਰੇ ਇਮੀਗ੍ਰੈਂਟ ਇਸ ਤਰ੍ਹਾਂ ਤੇ ਹੈਗੇ ਨੇ ਜਿਨ੍ਹਾਂ ਦੇ ਫੈਮਿਲੀ ਇੱਥੇ ਹੈਗੇ ਨੇ ਸੈਟਲਡ ਹੈਗੇ ਨੇ ਤੇ ਉਹਨਾਂ ਨੂੰ ਈਜ਼ੀਲੀ ਇੱਥੇ ਸੈਟਲ ਕਰਾ ਦਿੰਦੇ ਹੈਗੇ ਨੇ ਐਕਚੁਅਲੀ ਖਾਸ ਕਰਕੇ ਆਪਣੀ ਕਮਿਊਨਿਟੀ ਦੇ ਵਿੱਚ ਮੈਂ ਦੇਖਦੀ ਹੈਗੀਆਂ ਵੀ ਸੈਟਲਮੈਂਟ ਸਰਵਿਸਿਜ਼ ਇੰਨੇ ਹਾਈ ਨੰਬਰਸ ਦੇ ਵਿੱਚ ਨਹੀਂ ਯੂਜ਼ ਕੀਤੇ ਜਾਂਦੇ ਜਿੰਨੇ ਹੋਰ ਕਮਿਊਨਿਟੀਆਂ ਦੇ ਵਿੱਚ ਕੀਤੇ ਜਾਂਦੇ ਕਿਉਂਕਿ ਆਪਣਾ ਇੱਕ ਸਪੋਰਟ ਨੈਟਵਰਕ ਹੈਗਾ ਆ ਜੋ ਇੱਕ ਦੂਜੇ ਨੂੰ ਸਪੋਰਟ ਕਰਕੇ ਕਿਮਨਾ ਕਿਵੇਂ ਉਹਨਾਂ ਨੂੰ ਪੈਰਾਂ ਤੇ ਆ ਖੜਾ ਦਿੰਦਾ ਹੈਗਾ ਆ ਐਂਡ ਸੋ ਅਸੀਂ ਵਧਾ ਰਹੇ ਹੈਗੇ ਆ ਇਹ ਨੰਬਰਸ ਵੀ ਅਸੀਂ ਯੂ نو ਵੀ ਆਰ ਸਪੈਂਡਿੰਗ ਮਨੀ ਔਨ ਸੈਟਲਮੈਂਟ ਸਰਵਿਸਿਜ਼ ਸੋ ਡੋਨਟ ਗੈਟ ਮੀ ਰੋਂਗ ਅਮ ਇਹ ਚੀਜ਼ ਨੂੰ ਵੀ ਅਸੀਂ ਨਜ਼ਰ ਰੱਖਿਆ ਹੈਗਾ ਆ ਵੀ ਸੈਟਲਮੈਂਟ ਸਰਵਿਸਿਜ਼ ਚੰਗੀ ਤੋਂ ਚੰਗੀਆਂ ਚਾਹੀਦੀਆਂ ਹੈਗੀਆਂ ਨਾ ਵੀ ਨੀਡ ਟੂ ਮੇਕ ਸ਼ੋਰ ਜਿਹੜੇ ਇਮੀਗ੍ਰੈਂਟਸ ਆਉਂਦੇ ਨੇ ਉਹ ਕੁਝ ਟਾਈਮ ਦੇ ਵਿੱਚ ਵਿੱਚ ਆਪਦੇ ਸਕਿਲਸ ਨੂੰ ਅਪਲਾਈ ਕਰ ਸਕਣ ਕਿਤੇ ਨਾ ਕਿਤੇ ਪਰ جو, you know, Joe experts get a they want 450,000 immigrants mm. a year. So we're far from that. I see 300,000 immigrants leone uh, Hegiyan, uh, especially 300,000 uh, the cap siga. Aglis sal 310,000 da hoga. Ustobad 320, mm. I mean 330 the and 340. Mm. So we are taking it step by step, slowly. Uh, 340 mm. is what we're mm. going to reach to, and but it's very difficult Hegi because it's name immigrants. ਕਿੰਟ ਨਹੀਂ ਹੈਗੇ ਜਿਹੜੇ ਆ ਰਹੇ ਹੈਗੇਸ ਨੰਬਰਸ ਦੇ ਵਿੱਚ ਆਈ ਥਿੰਕ এবੀਕ ਅੰਡਰਸਟੈਂਡ ਕਰਨ ਵਾਲੀ ਗੱਲ ਹੈਗੀ ਵੀ ਜਿਹੜੇ ਆ ਨੰਬਰਸ ਜਦੋਂ ਵੱਧਦੇ ਹੈਗੇ ਨੇ ਉਹਦਾ ਮਤਲਬ ਹੈਗਾ ਜਿਹੜੇ ਕੇਸਸ ਪ੍ਰੋਸੈਸ ਹੋ ਰਹੇ ਨੇ ਇਸ ਟਾਈਮ ਤੇ ਜਿਨ੍ਹਾਂ ਦੇ ਪੈਰੈਂਟਸ ਵੇਟ ਕਰ ਰਹੇ ਹੈਗੇ ਨੇ ਔਰ ਨੂੰ ਜਿਨ੍ਹਾਂ ਦੇ ਸਪਾਉਸਸ ਵੇਟ ਕਰ ਰਹੇ ਨੇ ਉਹਨਾਂ ਨੂੰ ਪੀਆਰ ਇਸ ਸਾਲ ਦੇ ਉਹ ਅਗਲੇ ਸਾਲ ਦੇ ਵਿੱਚ ਵਿੱਚ ਮਿਲ ਸਕਦਾ ਜਲਦੀ ਤੋਂ ਜਲਦੀ ਸੋ ਇਟਸ ਨਾਟ ਆਲ ਅਬਾਊਟ ਨਿਊ ਇਮੀਗਰੈਂਟਸ ਇਟਸ ਆਲਸੋ ਅਬਾਊਟ ਜਿਹੜੇ ਲੋਕ ਨੇ ਆਲਰੇਡੀ ਅਪਲਾਈ ਕੀਤਾ ਹੈਗਾ ਜਾ ਹਾਇਰਿੰਗ ਲਈ ਵੇਟ ਕਰ ਰਹੇ ਹੈਗੇ ਨੇ ਕਿਉਂਕਿ ਉਹ 300 300000 ਦੇ prd is up in any year the image yeah. so some people end up waiting till the next january and another case sab kuch hoya hunda haga ya but they're just waiting because the numbers are not um enough to fill their requirement so i think apni community de bahut hi changi news dikh rahi hai kyunki zyada tar apni community vich hi dekha gaya hai ki unna nu complaints randi hai ki wait time bahut lag reha hai jado vi asi tade office vi visit karde ha ta immigration sambandhi problems asi zyada dekhiyan jo riding they look like ke aunde ha te tusi mande ho ki oh jodi problems da ek graph hai ga onnu kataya ja sakda hai onnu solve ho jayega ਕਿਉਂਕਿ ਬੈਕਲੌਗਸ ਇਸ ਨਾਲ ਬਹੁਤ ਘਟ ਜਾਣਗੇ ਉਹ ਬੈਕਲੌਗਸ ਨੂੰ ਉਹਨਾਂ ਨੂੰ ਡੀਲ ਕਰ ਸਕਦੇ ਆ ਹੁਣ ਹੀ ਦੇ ਡੋਨਟ ਹਵ ਟੂ ਵੇਟ ਟੂ ਦ ਨੈਕਸਟ ਈਅਰ ਐਂਡ ਦ ਈਅਰ ਆਫਟਰ ਦਟ ਅਮ ਸੋ ਬਹੁਤ ਹੀ ਜ਼ਿਆਦਾ ਫਾਇਦਾ ਹੋਗਾ ਲੋਕਾਂ ਨੂੰ ਐਂਡ ਬਹੁਤ ਇਸ ਤਰ੍ਹਾਂ ਦੇ ਲੋਕ ਹੈਗੇ ਨੇ ਜਿਹੜੇ ਕੋਈ ਨਾ ਕੋਈ ਅਮ ਇਸ ਗ੍ਰੋਥ ਤੇ ਨਾਲ ਉਹਨਾਂ ਦਾ ਫਾਇਦਾ ਹੋਗਾ ਸੋ ਅਮ ਆਈ ਥਿੰਕ ਕੁਇਕਾ ਬਰਨ ਆਲੀ ਗੱਲ ਨਹੀਂ ਹੈਗੀ ਇਸ ਬਹੁਤ ਚੰਗੀ ਗੱਲ ਹੈਗੀ ਆ ਐਂਡ ਆਲਸੋ ਫॉर ਕੰਪਨੀਆਂਸ ਫॉर ਆਰ ਇਕਨੋਮੀ ਟੂ ਕੀਪ ਗੋਇੰਗ ਕਿਉਂਕਿ ਜਿਹੜੇ ਇਮੀਗ੍ਰੈਂਟਸ ਹੁੰਦੇ ਹੈਗੇ ਉਦੋਂ ਵੀ ਸਟਾਟਸ ਹੈਗੇ ਨੇ ਬੀ ਉਹ ਇਥੇ ਤਕਰੀਬਨ ਕੈਨੇਡੀਅਨਸ ਨਾਲੋਂ ਵੱਧ ਅਨਟਰਪ੍ਰੈਨਿਊਰਲ ਹੈਗੇ ਨੇ ਮਤਲਬ ਉਹ ਆਪ ਦੇ ਬਿਲ ਖੁਦ ਦੇ ਬਿਜ਼ਨੈਸਿਸ ਸ਼ੁਰੂ ਕਰਦੇ ਹੈਗੇ ਨੇ ਤੇ ਖੁਦ ਦਾ ਬਿਜ਼ਨਸ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਭਾਵੇਂ স্মਲ ਲੈਵਲ ਤੇ ਹੈਗਾ ਜਾਂ ਲਾਰਜ ਲੈਵਲ ਤੇ ਹੈਗਾ ਕਿਸੇ ਨਾ ਕਿਸੇ ਨੂੰ ਤਾਂ ਤੁਸੀਂ ਏਮਪਲੋਏ ਕਰਦੇ ਹੀ ਹੈਗੇ ਹੋ ਸੋ ਉਹ ਵੀ ਆਪਣੀ ਇਕਨੋਮੀ ਲਈ ਇੱਕ ਚੰਗੀ ਗੱਲ ਹੈਗੀ ਆ ਜੀ ਸਪੈਸੀਫਿਕਲੀ ਤੁਹਾਡੀ ਰਾਈਡਿੰਗ ਦੀ ਗੱਲ ਕਰੀਏ ਬਿਸ਼ੱਕ ਇਮੀਗ੍ਰੇਸ਼ਨ ਨਾਲ ਸੰਬੰਧੀ ਪ੍ਰੋਬਲਮ ਅਸੀਂ ਕਹੀਏ ਕਿ ਹਰ ਰਾਈਡਿੰਗ ਵਿੱਚ ਵੇਕਰ ਨੂੰ ਮਿਲੀ ਹੈ ਇਸ ਤੋਂ ਇਲਾਵਾ ਹੋਰ ਕਿਹੜੇ ਇਸ਼ੂਜ਼ ਨੇ ਜੋ ਤੁਹਾਡੀ ਰਾਈਡਿੰਗ ਦੇ ਲੋਕ ਤੁਹਾਡੇ ਤੱਕ ਲੈ ਕੇ ਆਉਂਦੇ ਨੇ Jobs the issue that people have how to find the right job, um, how to get into um you know their field of choice so mm -hmm. oh issue la ke on de hageya oh di vi assi you know main jinn vi de sakdi and guidance mm -hmm. denni hai giya par uh, government de you know through all levels both services we set up kite hage mm -hmm. ne lokan nu guide karan layi te also assi oh guidance vi lokan nu denne hageya lok cpp apni pension da masla vi mm -hmm. leke on de hage ne uh, jehde federal tax cra da koi issue hage ga onu vi leke on de hage ne te a pichle 2 saala de vich you know cpp de vich vi enhancement ਗਵਰਨਮੈਂਟ ਨੇ ਕੀਤੀ ਹੈਗੀ ਆ ਸੋ ਜਿਹੜੀ ਤੁਹਾਡੀ ਕੈਨੇਡਾ ਪੈਨਸ਼ਨ ਪਲਾਨ ਹੈਗੀ ਆ ਉਹ ਵੀ ਅਗੇ ਨਾਲ ਉਹਦਰੇ ਹੈਗੀ ਆ ਪ੍ਰੋਵਿੰਸਸ ਦੇ ਨਾਲ ਇੱਕ ਸਮਝੌਤਾ ਕੀਤਾ ਗਿਆ ਹੈਗਾ ਜਿਹਦੇ ਵਿੱਚ ਆ ਆਮ ਕ ਜਿਹੜੇ ਕੈਨੇਡੀਅਨਸ ਨੇ ਇਥੇ ਕੰਮ ਕੀਤਾ ਹੈਗਾ ਉਹਨਾਂ ਨੂੰ ਵੱਧ ਪੈਨਸ਼ਨ ਮਿਲੂਗੀ ਕਿਉਂਕਿ ਸਾਨੂੰ ਪਤਾ ਹੈਗਾ ਵੀ ਬਹੁਤ ਸੀਨੀਅਰ ਸਾਡੇ ਆਫਿਸ ਦੇ ਵਿੱਚ ਵੀ ਆਉਂਦੇ ਆ ਉਹਨਾਂ ਨੂੰ ਲੋੜ ਹੈਗੀ ਆ ਵੀ ਇਨਫਲੇਸ਼ਨ ਦੇ ਨਾਲ ਨਾਲ ਉਹਨਾਂ ਦੀ ਪੈਨਸ਼ਨ ਵੀ ਵਧੇ ਹਾਲ ਹੀ ਵਿੱਚ ਗਵਰਨਮੈਂਟ ਵੱਲੋਂ ਸਮਾਲ ਬਿਜ਼ਨਸ ਲਈ ਕਈ ਐਲਾਨ ਕੀਤੇ ਗਏ ਨੇ ਉਸ ਦੇ ਜਿਹੜੀ ਅਨਾਉਂਸਮੈਂਟਸ ਹੈਗੀਆਂ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਕੁਝ ਤਬਦੀਲੀਆਂ ਆਉਣ ਵਾਲੇ ਸਮੇਂ ਵਿੱਚ ਕੀਤੀਆਂ ਜਾਣ ਟੈਕਸ ਰਿਫਾਰਮਸ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦਾ ਇੰਪੈਕਟ ਸਮਾਲ ਬਿਜ਼ਨਸ ਤੇ ਪੈ ਸਕਦਾ ਹੈ ਹਾਂਜੀ ਆਮ ਜੋ ਐਨਾਨਸਮੈਂਟ ਮੋਸਟ ਰੀਸੈਂਟਲੀ ਹੋਈ ਹੈਗੀਆ ਉਹ ਹੈਗੀਆ ਵੀ ਯੂ ਨੋ ਜੇਵਲ ਸਾਡੀ ਸਰਕਾਰ ਆਈ ਸੀ 11% ਟੈਕਸ ਰੇਟ ਸੀਗਾ ਸਮਾਲ ਬਿਜ਼ਨਸ ਦਾ ਉਹਨੂੰ ਫਿਰ 10.5 ਤੇ ਕੀਤਾ ਗਿਆ ਤੇ ਹੁਣ ਉਹਨੂੰ 9% ਤੇ ਕੀਤਾ ਜਾਊਗਾ ਸੋ ਇਹਦਾ ਫਾਇਦਾ ਆਮ ਬਿਜ਼ਨਸ ਨੂੰ 7000 ਡਾਲਰ ਦਾ ਹਸਾਲ ਦਾ ਹੋ ਸਕਦਾ ਆ ਐਂਡ ਇਹ ਬਹੁਤ ਹੀ ਇੱਕ ਵੱਡਾ ਫਾਇਦਾ ਹੈਗਾ ਦੱਸਦਾ ਫਾਇਦਾ ਜਿਹੜਾ ਜਿਹਦਾ ਸਾਨੂੰ ਅੱਜ ਪਤਾ ਹੈਗਾ ਵੀ ਉਹਨਾਂ ਨੂੰ ਹੋਊਗਾ ਆਮ ਸੋ ਇਹ ਟੈਕਸ ਰੇਟ ਹੈਗਾ ਜੋ ਅਗਲੇ ਜਨੂਅਰੀ ਤੋਂ ਸ਼ੁਰੂ ਹੋਊਗਾ ਐਂਡ ਉਹ ਕੱਟਦਾ ਜਾਏਗਾ 2019 ਤੱਕ um ਜੋ ਟੈਕਸ ਰਿਫਾਰਮਸ ਦੀ ਗੱਲ ਹੈਗੀ ਆ ਉਹ ਉਹਦੀ ਕਾਫੀ ਚਰਚਾ ਹੋ ਰਹੀ ਹੈਗੀ ਸਾਰੇ ਨੈਸ਼ਨਲ মিডিਆ ਦੇ ਵਿੱਚ ਵੀ ਐਂਡ ਵੀ ਹਵ ਆਲ ਹਰਡ ਅਬਾਊਟ ਇਟ ਮੀਡੀਆ ਆਫਿਸ ਦੇ ਵਿੱਚ ਵੀ ਬਟ ਲੋਕ ਇਹ ਗੱਲ ਨੂੰ ਲੈ ਕੇ ਪਰ ਉਹ ਇੱਕ ਕਨਸਲਟੇਸ਼ਨ ਇੱਕ ਪ੍ਰੋਪੋਜ਼ਲ ਸੀਗਾ ਜਿਹੜਾ ਮਿਨਿਸਟਰ ਆ ਮੋਰਨੋ ਫਾਈਨੈਂਸ ਮਿਨਿਸਟਰ ਜਿਸ ਸਾਡੇ ਹੈਗੇ ਨੇ ਉਹਨਾਂ ਨੇ ਪ੍ਰੋਪੋਜ਼ਲ ਰੱਖਿਆ ਸੀਗਾ ਲੋਕਾਂ ਦੇ ਸਾਹਮਣੇ ਉਹਦੀ ਬਹੁਤ ਗੱਲਬਾਤ ਹੋਈ ਆਰਗੇਨਾਈਜੇਸ਼ਨਸ ਆ ਇੰਡੀਵਿਜੂਅਲਸ ਵੀ ਆ ਜਿੰਨਾਂ ਨੂੰ ਇਸ ਕੱਲ ਦੀ ਸਮਝ ਹੈਗੀ ਤੇ ਉਹਨਾਂ ਸਭ ਨਾਲ ਅਸੀਂ ਕੋਸ਼ਿਸ਼ ਕੀਤੀ ਸਾਰੇ ਐਮਪੀਜ਼ ਨੇ ਤੇ ਖੁਦ ਮੈਂ ਵੀ ਕੀਤੀ ਹੈਗੀ ਆ ਉਹ ਨਾਲ ਗੱਲਬਾਤ ਕੀਤੀ ਉਹਨਾਂ ਦੀ ਸਲਾਹ ਲਏ ਤੇ ਉਸ ਉਸ ਕਨਸਲਟੇਸ਼ਨ ਦੇ ਵਿੱਚੋਂ ਜੋ ਨਿਕਲਿਆ ਜਿਹੜੀ ਐਡਵਾਈਸ ਹੈਗੀ اسپੈਸ਼ਲੀ ਐਸ 온ਟਾਰੀਓ ਕਾਕਸ ਚੇਅਰ ਮੈਂ ਜੇਨੀਵੀ 온ਟਾਰੀਓ ਦਾ ਲਿਬਰਲ ਐਂਪੀ ਸਗੀ ਉਹਨਾਂ ਦੀ ਕਾਕਸ ਦੀ ਚੇਅਰ ਹੈਗੀਆਂ ਐਂਡ ਅਸੀਂ ਵੀਕ ਆਫਟਰ ਵੀਕ ਇਹ ਦਾ ਐਕਸਕਲੂਸ਼ਨ ਲਬਰੇਸੀਗੇ ਕਿ ਕਿਸ ਤਰ੍ਹਾਂ ਦਾ ਰਿਫਾਰਮ ਲਿਆਇਆ ਜਾਵੇ ਜਿਹਦੇ ਨਾਲ ਜਿਹੜੇ ਲੋਕ ਟਾਰਗੇਟ ਅਸੀਂ ਕਰਨਾ ਚਾਹੁੰਦੇ ਹੈਗੇ ਆ ਜਿਹੜੀ ਯੂ ਨੋ ਏਡੀ ਪਰਸੈਂਟ ਜਿਹੜੀ ਪੈਸਿਵ ਇਨਕਮ ਹੋਲਡ ਕਰਦੇ ਹੈਗੇ ਨੇ ਉਹ ਸਿਰਫ 2 ਪਰਸੈਂਟ ਆ ਇਨਕੋਰਪੋਰੇਟਿਡ ਬਿਜ਼ਨੈਸਿਸ ਹੈਗੇ ਆ ਆਮ Banda ਨਹੀਂ ਹੈਗਾ ਆਮ ਸਮਾਲ ਬਿਜ਼ਨੈਸਿਸ ਇਸ ਨਾਟ ਇਨਕਲੂਡਡ ਇਨ ਥੈਟ ਐਂਡ ਉਹਨੂੰ ਕਿਸ ਤਰ੍ਹਾਂ ਕੀਤਾ ਜਾਵੇ ਪਰ ਦੂਸਰੇ ਬਿਜ਼ਨੈਸਿਸ ਨੂੰ ਨਾ ਹਾਰਮ ਕੀਤਾ ਜਾਵੇ ਸੋ ਆਈ ਥਿੰਕ ਅਸੀਂ ਇੱਕ ਚੰਗੇ ਬੈਲੈਂਸਡ ਅਪਰੋਚ ਤੇ ਪਹੁੰਚੇ ਹੈਗੇ ਆ ਹਜੇ ਡਰਾਫਟ ਲਜਿਸਲੇਸ਼ਨ ਲਿਖਿਆ ਨਹੀਂ ਗਿਆ ਪਰ ਉਹਨਾਂ ਲੈਸਮੈਂ ਦੇ ਵਿੱਚ ਅਸੀਂ ਡੀਟੇਲ ਦੇ ਵਿੱਚ ਜਿੰਨੇ ਵੀ ਸਾਡੇ ਬਿਜ਼ਨੈਸ ਇਸ ਉੱਤੇ ਪ੍ਰੈਪਟਡ ਦੇ ਵਿੱਚ ਆ ਗਏ ਅਸੀਂ ਉਹਨਾਂ ਦੀ ਲਿਸਟ ਕੱਢੀ ਹੈਗੀ ਆ ਉਹਨਾਂ ਨੂੰ ਸਾਰੀ ਐਕਿਊਰੇਟ ਇਨਫੋਰਮੇਸ਼ਨ ਉਹਨਾਂ ਤੱਕ ਪਹੁੰਚਾਵਾਂਗੇ ਵੀ ਕੀ ਹੋ ਰਿਹਾ ਹੈਗਾ ਤੇ ਕੀ ਨਹੀਂ ਹੋ ਰਿਹਾ ਕਿਉਂਕਿ ਆਈ ਥਿੰਕ ਜਿਹੜੀਆਂ ਸਟੋਰੀਜ਼ ਆਪਾਂ ਕਈ ਵਾਰ ਖਬਰ ਦੇ ਵਿੱਚ ਨਿਊਜ਼ ਦੇ ਵਿੱਚ ਸੁਣ ਰਹੇ ਹੈਗੇ ਆ ਉਹ ਨਹੀਂ ਹੋ ਰਹੀਆਂ ਹੈਗੀਆਂ ਕਈ ਵਾਰ ਐਗਜ਼ੈਜਰੇਟ ਕੀਤੀਆਂ ਜਾਂਦੀਆਂ ਹੈਗੀਆਂ ਨੇ ਪਰ ਅਸੀਂ ਆਲਸੋ ਅਪਰੀਸ਼ੀਏਟ ਮੈਂ ਬਹੁਤ ਕਰਦੀ ਹਾਂ ਵੀ ਜਿੰਨੀਆਂ ਵੀ ਲੋਕ ਜਿਨ੍ਹਾਂ ਨੇ ਹਿੱਸਾ ਲਿਆ ਹੈਗਾ ਯੂ نو ਐਬੀ ਇਨਫੋਰਮੇਸ਼ਨ ਐਬੀ ਦਾ ਥਾਟ ਸ਼ੇਅਰ ਕਿਤੇ ਹੈਗੇ ਨੇ ਕਿਉਂਕਿ ਇਹੀ ਤਾਂ ਇਸ ਡੈਮੋਕ੍ਰੇਸੀ ਬਾਰੇ ਖੂਬ ਗੱਲ ਹੈ ਗਿਆ ਰਾਈਟ ਐਕਚੁਅਲੀ ਕੱਲ ਇਹ ਹੈਗੀ ਆ ਵੀ ਲੋਕ ਆ ਸਕਦੇ ਹੈਗੇ ਐਬੀ ਇਨਪੁਟ ਦੇ ਸਕਦੇ ਆ ਤੇ ਐਬੀ ਇਨਪੁਟ ਤੇ ਬੇਸਿਸ ਤੇ ਉਹ ਆਊਟਕਮ ਦੇਖ ਸਕਦੇ ਹੈਗੇ ਨੇ ਸੋ ਆਈ ਥਿੰਕ ਲੋਕਾਂ ਦੀ ਇਨਪੁਟ ਲੈ ਕੇ ਉਹ ਆਊਟਕਮ ਇੱਕ ਦੇਖਣਗੇ ਜਿਹੜਾ ਉਹਨਾਂ ਲਈ ਫਾਇਦੇਮੰਦ ਹੋਊਗਾ ਅ ਲੌਂਗ ਟਰਮ ਲਈ ਜੀ ਕਰੀਬ 2 ਸਾਲ ਦਾ ਸਮਾਂ ਤੁਸੀਂ ਆਪਣਾ ਪੋਲੀਟੀਕਲ ਕੈਰੀਅਰ ਦਾ ਅਸੀਂ ਕਈ ਇਹ ਪੂਰਾ ਕਰ ਚੁੱਕੇ ਹੋ ਸਰਕਾਰ ਨੂੰ ਇਟਸੈਲਫ 2 ਸਾਲ ਦਾ ਸਮਾਂ ਹੋ ਚੁੱਕਿਆ ਹੁਣ ਤੱਕ ਦੀ ਅਚੀਵਮੈਂਟਸ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇਖਦੇ ਹੋ ਹੁਣ ਤੱਕ ਦੇ ਆਪਣੇ ਇਸ 2 ਸਾਲ ਦੇ ਸਫ਼ਰ ਨੂੰ ਇਹ 2 ਸਾਲ ਕਿਸ ਤਰ੍ਹਾਂ ਲੰਘੇ ਹੈਗੇ ਨੇ ਉਹ ਪਤਾ ਹੀ ਚੱਲ ਰਿਹਾ ਹੈਗਾ ਬਹੁਤ ਜਲਦੀ ਲੰਘੇ ਹੈਗੇ ਨੇ ਪਰ ਜਦੋਂ ਮੈਂ ਲਿਸਟ ਦੇਖਦੀ ਹੈਗੀ ਆ ਅਚੀਵਮੈਂਟਸ ਦੀ ਤਾਂ ਬਹੁਤ ਲੰਬੀ ਹੈਗੀ ਆ there is a lots of achievements we've made um you know ਕਈ ਵਾਰ ਜਿਹੜੀ ਚੰਗੀ ਖਬਰ ਹੈਗੀ ਆ ਲੋਕਾਂ ਤੱਕ ਪਹੁੰਚਾਉਣੀ ਥੋੜੀ ਮੁਸ਼ਕਲ ਹੋ ਜਾਂਦੀ ਹੈਗੀ ਆ ਜਿਹੜੀ ਕੋਈ ਯੂ ਨੋ ਨੈਗੇਟਿਵ ਨਿਊਜ਼ ਹੁੰਦੀ ਹੈ ਉਹ ਸਾਰੇ ਕਿਤੇ ਐਲ ਜਾਂਦੀ ਹੈਗੀ ਆ ਪਰ ਯੂ ਨੋ ਆਈ ਡੈਫੀਨਿਟਲੀ ਵਾਂਟ ਟੂ ਸ਼ੇਅਰ ਬੀ ਬੋਥ ਗੁੱਡ ਨਿਊਜ਼ ਵੀ ਬਹੁਤ ਆਈ ਹੈਗੀ ਆ ਕਿਉਂਕਿ ਸਭ ਤੋਂ ਜਿਹੜਾ ਸਾਡਾ ਸਕਸੈਸਫੁਲ ਆਈ ਥਿੰਕ ਇੱਕ ਪ੍ਰੋਗਰਾਮ ਹੈਗਾ ਉਹ ਕੈਨੇਡਾ ਸਮਰ ਜੌਬਸ ਦਾ ਪ੍ਰੋਗਰਾਮ ਹੈਗਾ ਐਂਡ ਉਹ ਲਵੀ ਮੈਜ਼ਿਕ ਤੋਂ ਥੋੜਾ ਦੇ ਨਾਲ ਪਹਿਲਾਂ ਕੀਤਾ ਹੈਗਾ ਆ ਯੂ ਨੋ ਮੈਨੀ ਸਟੂਡੈਂਟਸ ਆਰ ਗੈਟਿੰਗ ਜੌਬ ਓਪਰਚ्युनिटीज ਇਨ ਆਰ ਡਿਫਰੈਂਟ ਰਾਈਟਿੰਗਸ ਐਂਡ ਇੱਕ ਉਹਨਾਂ ਨੂੰ ਐਕਸਪੀਰੀਅੰਸ ਦਿੱਤਾ ਜਾਵੇ ਵਾਈਲ ਦੇ ਆਰ ਇਨ ਸਕੂਲ ਸੋ ਕੈਨੇਡਾ ਸਮਰ ਜੌਬਸ ਪ੍ਰੋਗਰਾਮ ਆਈ ਥਿੰਕ ਹੈਜ਼ ਬੀਨ ਅ ਵੈਰੀ ਗੁੱਡ ਪ੍ਰੋਗਰਾਮ ਜੋ ਮਿਡਲ ਕਲਾਸ ਦੇ ਟੈਕਸ ਕਟ ਕਰਨਾ ਉਹ ਉਹਦੇ ਨਾਲ ਬਹੁਤ ਫਾਇਦਾ ਹੋਇਆ ਚਾਲ ਬੈਨੀਫਿਟ ਨਾਲ ਫਾਇਦਾ ਹੋਇਆ ਟੈਕਸ ਬਿਜ਼ਨਸ ਟੈਕਸ ਕਟ ਨਾਲ ਫਾਇਦਾ ਹੋਇਆ ਹੈਗਾ ਇਮੀਗ੍ਰੇਸ਼ਨ ਦੀ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਲੈਵਲਸ ਦੀ ਭਾਵੇਂ ਜੇ ਤੁਸੀਂ ਗੱਲ ਕਰੋ ਜਾਂ ਸਟ੍ਰੈਟਜੀ ਦੀ ਜਿਹੜੀ ਲੋਕਾਂ ਨੂੰ ਇੱਥੇ ਜਲਦੀ ਲਿਆਉਣ ਦੀ ਆ ਉਹਦਾ ਵੀ ਬਹੁਤ ਫਾਇਦਾ ਹੋਇਆ ਸੀ 6 ਜੋ ਸਿਟੀਜ਼ਨਸ਼ਿਪ ਦੀ ਗੱਲ ਹੈਗੀ ਆ ਯੂ نو ਸਿਟੀਜ਼ਨਸ਼ਿਪ ਨੋ ਹੋਂ ਡੁਅਲ ਸਿਟੀਜ਼ਨਸ ਦਾ ਆ ਪੀਪਲ ਵਿਲ ਨਾਟ ਬੀ ਟ੍ਰੀਟਡ ਡਿਫਰੈਂਟਲੀ ਜੇ ਤੁਸੀਂ ਇੱਥੇ ਬੌਰਨ ਸਿਟੀਜ਼ਨ ਹੋ ਜਾਂ ਤੁਸੀਂ ਉਸ ਤੋਂ ਬਾਅਦ ਨੈਚਰਲਾਈਜ਼ਡ ਸਿਟੀਜ਼ਨ ਹੈਗੇ ਹੋ ਤੁਹਾਡੇ ਚ ਕੋਈ ਫਰਕ ਨਹੀਂ ਰੱਖਿਆ ਜਾਊਗਾ ਐਂਡ ਯੂ نو ਦ ਲਿਬਰਲ ਗਵਰਨਮੈਂਟ ਇਜ਼ ਟੇਕਿੰਗ ਅ ਵੈਰੀ ਬੈਲੈਂਸਡ ਅਪਰੋਚ ਔਨ ਥਿਸ ਸਾਨੂੰ ਪਤਾ ਹੈਗਾ ਵੀ ਇਕਨੋਮੀ ਦੀ ਲੋਡ ਹੈਗੀ ਆ ਜੌਬਸ ਦੀ ਲੋਡ ਹੈਗੀ ਆ ਪਰ ਆਲਸੋ ਨੈਚਰਲੀ ਜਿਹੜੇ ਹੈਗੇ ਨੇ ਕਿ ਸੈਕਟਰਸ ਬਦਲ ਰਹੇ ਹੈਗੇ ਨੇ ਤੇ ਕਿਸ ਤਰ੍ਹਾਂ ਸੀ ਪਹਿਲਾਂ ਹੀ ਉਸ ਸੈਕਟਰਸ ਦੇ ਵਿੱਚ ਇਨਵੈਸਟ ਕਰ ਸਕੀਏ ਫੋਕਸ ਕਰੀਏ ਵੀ ਉਹਨਾਂ ਨੂੰ ਵਧਾਈਏ ਤੇ ਕੰਪੀਟੀਟਿਵਲੀ ਅਸੀਂ ਯੂ نو ਅਰਾਊਂਡ ਦ ਵਰਲਡ ਬਾਕੀ ਕੰਟਰੀਜ਼ ਕਰ ਰਹੀਆਂ ਹੈਗੀਆਂ ਨੇ ਇੰਡੀਆ ਵੀ ਕਰ ਰਿਹਾ ਹੈਗਾ ਦੇ ਆਰ ਸਾਈਨਡ ਔਨ ਟੂ ਦ ਪੈਰਿਸ ਅਗਰੀਮੈਂਟ ਐਂਡ ਫਾਈਨਲੀ ਸੀ ਪੈਰਸ ਅਗਰੀਮੈਂਟ ਸਾਈਨ ਕੀਤਾ ਹੈਗਾ ਸੋ ਆਈ ਥਿੰਕ ਕੈਨੇਡਾ ਨੂੰ ਇਸ ਏਰੀਆ ਦੇ ਵਿੱਚ ਲੀਡਰਸ਼ਿਪ ਲੈਂਡੀ ਕਾਸਲੋਰ ਹੈਗੀ ਆ ਤੇ ਅਸੀਂ ਦੇਖ ਰਹੇ ਹੈਗੇ ਸਭ ਤੋਂ ਵੱਡੀ ਜਿਹੜੀ ਸਕਸੈਸ ਸਾਡੀ ਇਸ ਗਵਰਨਮੈਂਟ ਦੀ ਹੈਗੀ ਆ ਉਹ ਹੈਗੀ ਆ ਵੀਕ ਇਕਨੋਮੀ ਚਵਾਦਾ ਵਧ ਰਿਹਾ ਹੈਗਾ ਇਕਨੋਮੀ ਵਧ ਰਹੀ ਹੈਗੀ ਆ ਜੌਬਸ ਵਧ ਰਹੀਆਂ ਹੈਗੀਆਂ ਨੇ ਯਾ 450000 ਜੌਬਸ ਵਧੀਆਂ ਹੈਗੀਆਂ ਨੇ ਮੋਸਟਲੀ ਫੁੱਲ ਟਾਈਮ ਆ ਪਿਛਲੇ 2 ਸਾਲਾਂ ਦੇ ਵਿੱਚ ਸੋ ਆਈ ਥਿੰਕ ਯੂ ਨੋ ਇਹ ਜਿਹੜਾ ਸਮਾਂ ਹੈਗਾ ਇਹ ਬ੍ਰੈਂਟਨ ਲਈ ਵੀ ਚੰਗਾ ਹੈਗਾ ਇੱਥੇ ਵੀ ਗ੍ਰੋਥ ਹੋ ਰਹੀ ਆ ਯੂਨੀਵਰਸਿਟੀ ਦੀ ਗੱਲਬਾਤ ਚੱਲ ਰਹੀ ਹੈਗੀ ਆ ਦਾ ਫੈਡਰਲ ਗਵਰਨਮੈਂਟ ਇਜ਼ ਵੈਰੀ ਹੈਪੀ ਅਬਾਊਟ ਥੈਟ ਐਂਡ ਵੀ ਵਾਂਟ ਟੂ ਸੀ ਬੀਐਸਸੀ ਉਸ ਪ੍ਰੋਜੈਕਟ ਦੇ ਵਿੱਚ ਵੀ ਕਿਸ ਤਰ੍ਹਾਂ ਹਿੱਸਾ ਪਾ ਸਕਦੇ ਹੈਗੇ ਆ ਐਂਡ ਕਿਸ ਤਰ੍ਹਾਂ ਸੀ ਇੱਥੇ ਬ੍ਰੈਂਟਨ ਦੇ ਵਿੱਚ ਹੋਰ ਜੌਬਸ ਲਈ ਆ ਸਕਦੇ ਆ ਜੀ ਵੈਲ ਓਨ ਥੈਟ ਨਾ ਥੈਂਕ ਯੂ ਸੋ ਮੱਚ ਫਾਰ ਸ਼ੇਅਰਿੰਗ ਆਲ ਥਿਸ ਇਨਫੋਰਮੇਸ਼ਨ ਵਿਦ ਅਸ ਵੀ ਵਿਸ਼ ਯੂ ਆਲ ði ਵੈਰੀ ਬੈਸਟ ਥੈਂਕ ਯੂ ਸੋ ਮੱਚ